Z5 ऐप डाउनलोड करो ते देखो पूरे एपिसोड बिल्कुल फ्री। सो मेरा पहला सवाल है कि पुरानी गल्लां दे तुहाडे दोवां विचों कौन लड़दा है? ए लड़दे ने। ए लड़दे है। अच्छा, जदों असीं रिलेशन च सीगे उदों नहीं नहीं ਜਦੋਂ ਅਸੀਂ ਰਿਲੇਸ਼ਨ ਵਿੱਚ ਸੀਗੇ ਚੈਟ ਤੇ ਅਸੀਂ ਗੱਲਾਂ ਕਰਦੇ ਸੀ, ਸਾਡੇ ਵਿੱਚ ਬਹੁਤ ਬਹਿਸ ਹੁੰਦੀ ਸੀ। ਇਹ ਹੁਣ ਮੈਂ ਇੱਕ ਘਰ ਦੀ ਨੂੰਹ ਹੋ ਗਈ ਹੈਗੀ, ਇਸ ਘਰ 'ਚ ਮੈਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੋ ਗਈਆਂ। ਤੁਸੀਂ ਕਰਦੇ ਹੋ, ਪਰ ਇਹ ਗੱਲ ਜਦੋਂ ਵੀ ਲੜਾਈ ਹੋਏ ਨੇ ਇਹਨਾਂ ਨੇ ਪੁਰਾਣੀਆਂ ਗੱਲਾਂ ਛੇੜ ਕੇ ਬੈਠ ਜਾਣੀ ਹੈ। ਕਿਉਂ ਤੁਸੀਂ? ਕਿਉਂਕਿ ਪਹਿਲੇ ਵਾਲੀ ਗੱਲਾਂ ਨਹੀਂ ਤੁਸੀਂ? ਨਹੀਂ, ਇਹ ਹਰੇਕ ਗੱਲ ਵਿੱਚ ਮੈਨੂੰ ਪੁਰਾਣੀਆਂ ਗੱਲਾਂ ਛੇੜ ਕੇ ਬੈਠ ਜਾਂਦੇ ਹੈਗੇ ਕਿ ਤੁਸੀਂ? ਨਹੀਂ ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਸੋ ਉਹਨਾਂ ਦਾ ਬੰਦਾ ਇੱਕ ਮੁੱਕਾ, ਚਲੋ ਜੀ ਮਾਰ ਦਿਓ। ਕਿਆ ਬਾਤ ਹੈ। ਓਕੇ, ਸੋ ਮੇਰਾ ਅਗਲਾ ਸਵਾਲ ਹੈ ਕਿ ਇੱਕ ਦੂਜੇ ਨੂੰ ਇਗਨੋਰ ਕੌਣ ਕਰਦੇ ਤੁਹਾਡੇ ਦੋਵਾਂ ਚੋਂ? ਇਹ ਕਰਦੇ ਨੇ ਜ਼ਿਆਦਾ। ਜਦੋਂ ਮੈਂ ਕਿਤੇ ਚਲੀ ਜਾਣਾ, ਮੈਂ ਕਾਲ ਲਗਾਉਣੀ, ਇਹਨਾਂ ਨੇ ਕਾਲ ਚੱਕਣੀ ਨਹੀਂ ਮੇਰੀ। ਮੈਨੂੰ ਕੰਮ 'ਚ ਬਿਜ਼ੀ ਹੁੰਦੇ ਆ ਜੀ ਇਹ। ਜਦੋਂ ਮੈਂ ਪੇਕੇ ਘਰ ਚਲੀ ਜਾਣਾ, ਇਹਨੇ ਉਸ ਤੋਂ ਬਾਅਦ ਮੈਨੂੰ ਕਾਲ ਵੀ ਨਹੀਂ ਲਗਾ ਕੇ ਪੁੱਛਣਾ ਕਿ ਤੁਸੀਂ ਕਿੱਦਾਂ ਹੋ, ਕਿੱਦਾਂ ਨਹੀਂ ਹੋ। ਮੈਂ ਕਾਲ ਦੀ ਵੇਟ ਕਰਦੀ ਰਹਿਣਾ। ਤੁਸੀਂ ਜਾਂਦੇ ਮੰਮਾ ਕੋਲ ਜਾਂਦੇ, ਮੈਂ ਕਿਹਾ ਚਲ ਦੋ ਦਿਨ ਲਾ ਲਉਂਦੇ ਰੈਸਟ ਕਰਨਗੇ ਦੋ ਦਿਨ। ਇਹਨਾਂ ਨੇ ਤੁਸੀਂ ਇਗਨੋਰ ਕਰਦੇ ਹੋ। ਤੁਸੀਂ ਜਾਂਦੇ ਹੋ ਮੈਨੂੰ ਕਹਿ ਕੇ ਕਿ ਮੰਮਾ ਕੋਲ ਜਾਣਾ, ਮੇਰਾ ਦਿਲ ਕਰ ਰਿਹਾ ਮੰਮਾ ਕੋਲ ਜਾਣ ਦਾ, ਫਿਰ ਇਗਨੋਰ ਵੀ ਮੈਂ ਕੰਮ 'ਚ ਤਾਂ ਬਿਜ਼ੀ ਹੋ ਹੀ ਜਾਂਦਾ ਹੈ। ਸਹੀ ਗੱਲ ਹੈ, ਸਹੀ ਗੱਲ ਹੈ। ਤੁਹਾਨੂੰ ਫਿਰ ਫੋਨ ਨਹੀਂ ਕਰਦੇ ਪੇਕੇ ਜਾਈ? ਨਹੀਂ ਕਰਦੇ। ਜਦੋਂ ਮੈਂ ਫ੍ਰੀ ਹੁੰਦਾ ਨਾ, ਮੈਂ ਆਪੇ ਜਾਂਦਾ ਨਾਲ। ਮੈਂ ਇਹਨਾਂ ਨੂੰ ਮੈਸੇਜ ਤੇ ਮੈਸੇਜ ਵੀ, ਮੈਨੂੰ ਕਾਲ ਲਗਾ ਲਿਆ ਜੇ ਜਦੋਂ ਘਰ ਜਾ ਕੇ ਫ੍ਰੀ ਹੋ ਗਏ, ਇਹ ਫਿਰ ਭੁੱਲ ਜਾਂਦੇ, ਫਿਰ ਮੈਨੂੰ ਕਾਲ ਲਗਾ ਕੇ। ਇਹਨਾਂ ਦਾ ਟਾਈਮ ਪਾਸ ਨਹੀਂ ਹੁੰਦਾ, ਮੇਰਾ ਤਾਂ ਕੰਮ 'ਚ ਟਾਈਮ ਪਾਸ ਹੁੰਦਾ ਰਹਿੰਦਾ, ਤੇ ਫਿਰ ਮੈਂ ਤਾਂ ਆਪਣੇ ਕੰਮ ਦੇ ਹਿਸਾਬ ਨਾਲ ਰਿਕਾਰਡਿੰਗ ਕਰਨਾ, ਕਿਉਂਕਿ ਇਹ ਇਗਨੋਰ ਕਰਦੇ ਆ ਜ਼ਿਆਦਾ। ਫਿਰ ਮੈਨੂੰ ਲੱਗਦਾ ਦੋਵੇਂ ਇੱਕ ਦੂਸਰੇ ਨੂੰ ਮਾਰ ਲਓ ਇੱਕ ਇੱਕ। ਨਹੀਂ, ਪਹਿਲੀ ਟੀਮ ਸਾਡੇ ਕੋਲ ਬੈਠੀ ਹੋਈ ਹੈ। ਪਹਿਲੀ ਟੀਮ ਤੋਂ ਸ਼ੁਰੂਆਤ ਕਰਦੇ ਆ। 1 ਮਿੰਟ ਦਾ ਟਾਈਮਰ ਸ਼ੁਰੂ ਹੁੰਦਾ ਹੈ ਹੁਣ। ਸਾਡੀ ਪਹਿਲੀ ਟੀਮ ਦਾ ਸਕੋਰ ਹੈ 4, ਯਾਨੀ ਕਿ 4। ਸ਼ਾਬਾਸ਼। ਤੇ ਤੁਹਾਡਾ ਪਹਿਲਾ ਕਲੂ ਹੈਗਾ ਇਹ ਨਾਮ ਗੁਲਾਮ ਮੋਢਾ। ਛੱਪਣੀ ਨੇ ਨਾਮ ਵੇ, ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ, ਕਦੋਂ ਘੁੰਮਣੇ ਨੇ ਅੱਗੇ ਪਿੱਛੇ ਕੈਮਰੇ, ਕਦੋਂ ਲੈ ਕੇ ਜਾਣਾ ਮੈਨੂੰ ਤੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰਾਉਣ ਨੂੰ ਕਰੇ। ਸਾਡੀ ਟੀਮ ਨੂੰ ਜਾਂਦਾ ਹੈ ਪੁਆਇੰਟ। ਅਗਲਾ ਕਲੂ ਹੈਗਾ ਇਹ ਦਿਲਦਾਰਾ ਪਿਆਰਾ ਜੱਚਦੀ। ਸੁਣ ਮੇਰੇ ਦਿਲਦਾਰਾ ਮੈਨੂੰ ਜਾਣ ਤੋਂ ਵੀ ਪਿਆਰਾ, ਮੇਰੇ ਨਾਲ ਖੈ ਖੈ ਕੇ ਆਉਂ ਜੋ, ਹੱਡ ਕਰ ਦੂੰ ਮੈਂ ਸਾਰੀਆਂ ਦੇ ਕੋਲੇ ਵੇ ਤੇਰੇ ਨਾਲ ਮੈਂ ਜੱਚਦੀ, ਮੈਂ ਜੱਚਦੀ ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਚਦੀ। ਕੀ ਬਾਤ ਹੈ, ਬਹੁਤ ਬਹੁਤ ਸੋਹਣਾ। ਸੋ ਤੁਹਾਨੂੰ ਜਾਂਦਾ ਹੈ ਪੁਆਇੰਟ, 1-1 ਦਾ ਸਕੋਰ ਹੈ। ਅਗਲਾ ਕਲੂ ਹੈਗਾ ਜੀ ਸੂਟ ਗੋਡੇ ਪਜਾਮਾ। ਉਸ ਫੋਨ ਰੱਖ ਗਈ ਤੂੰ ਬਾਬਲੀਨ ਦੇ, ਗੋਡੇ ਜੇ ਕਸਾਈ ਫਿਰਨ ਲੋ ਜੀਨ ਦੇ, ਸਿਵੇਂ ਕੱਚ ਮੋਤੀ ਤੇਰਾ ਸੁੱਚਾ ਹੋ ਗਿਆ, ਇਹ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ, ਜੱਟ ਦਾ
ਕੁੜੀ ਉੱਚਾ ਹੋ ਗਿਆ ਕਿਆ ਬਾਤ ਹੈ ਵੈਰੀ ਨਾਈਸ ਸੋ ਤੁਹਾਨੂੰ ਜਾਂਦਾ ਹੈ 0.2:1 ਦਾ ਸਕੋਰ ਹੈ ਅਗਲਾ ਕਲੂ ਹੈਗਾ ਹੈ ਡਿੱਗਿਆ ਨੋਟ ਮੋਟਾ ਗੱਲ ਨਾਲ ਖਹਿ ਕੇ ਡਿੱਗਿਆ ਨੋਟ ਇੰਡੀਆ ਦਾ ਸੀਗਾ 2000 ਦਾ ਨੀ ਖਾਬੀ ਮੁੰਡਾ ਕਿਹੜੇ ਪਿੰਡ ਦਾ ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਲਦਾ ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ ਗੁਲਾਬੀ ਰੰਗ ਤੋਂ ਗੁਲਾਬੀ ਨੋਟ ਵਾਲਦਾ ਵੈਰੀ ਨਾਈਸ ਕਿਆ ਬਾਤ ਹੈ ਸਾਨੂੰ ਜਾਂਦਾ ਪੁਆਇੰਟ 2:2 ਦਾ ਸਕੋਰ ਅਗਲਾ ਕਲੂ ਹੈ ਸ਼ਾਪਿੰਗ ਟ੍ਰੈਂਡ ਗੁਜ਼ਾਰਾ ਸ਼ਾਪਿੰਗ ਕਿੱਥੇ ਲੈ ਜਾ ਮੈਨੂੰ ਪੱਟ ਹੋਣੇ ਆਵੇ ਬੜਾ ਦਿਲ ਕਰਦਾ ਸਾਰਿਆਂ ਨੇ ਪਾਇਆ ਨਵਾਂ ਹੀ ਟ੍ਰੈਂਡ ਆਇਆ ਮੈਨੂੰ ਦਿਲ ਕਰਦਾ ਜਦੋਂ ਪਾ ਕੇ ਆਈ ਉਹਨੂੰ ਉਦੋਂ ਤੱਕੇ ਨਾ ਤੂੰ ਮੈਨੂੰ ਪਾ ਕੇ ਆਈ ਉਹਨੂੰ ਉਦੋਂ ਤੱਕੇ ਨਾ ਤੂੰ ਮੈਨੂੰ ਜੱਟਾ ਪਿਆਰ ਦੇ ਨੂੰ ਹੋ ਜਾਣਾ ਦੁਬਾਰਾ ਗੱਲਾਂ ਨਾਲ ਹੋਣਾ ਨਹੀਂ ਗੁਜ਼ਾਰਾ ਲੈ ਦੇ ਮੈਨੂੰ ਸੋਹਣਿਆ ਸ਼ਰਾਰਾ ਲੱਗਦਾ ਏ ਮੈਨੂੰ ਬੜਾ ਪਿਆਰ ਅੰਤਾਕਸ਼ਰੀ ਸਾਡੀ ਇੱਥੇ ਹੀ ਖਤਮ ਹੁੰਦੀ ਹੈ ਔਰ ਤੁਸੀਂ ਜੇਤੂ ਮੁਬਾਰਕਾਂ ਬਹੁਤ ਸੋ ਇਸੇ ਨਾਲ ਸਾਡਾ ਅੱਜ ਦਾ ਐਪੀਸੋਡ ਆਪਣੇ ਗ੍ਰੈਂਡ ਫਿਨਾਲੇ ਤੇ ਆ ਗਿਆ ਯਾਨੀ ਕਿ ਅਸੀਂ ਆਪਣੇ ਅਖੀਰਲੇ ਪੜਾਵ ਤੇ ਆ ਗਏ ਹਾਂ Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ